ਵਾਸਤੇ ਗਿਆ ਉਸ ਤਰ੍ਹਾਂ ਦੇ ਘਰੇ ਉਹਦੀ ਭੈਣ ਦੀ ਬਰਾਤ ਟੁੱਕੀ ਹੋਈ ਸੀ ਉਹਦੀ ਭੈਣ ਕੋਠੇ ਉੱਤੇ ਖੜੀ ਉਡੀਕਾ ਕਰਦੀ ਹੈ ਵੀ ਮੇਰਾ ਵੀਰ ਆਊਗਾ ਆਪਣੇ ਹੱਥਾਂ ਦੇ ਨਾਲ ਮੈਨੂੰ ਡੋਲੀ ਦੇ ਵਿੱਚ ਪਾਊਗਾ ਪਰ ਦੂਰੋਂ ਮਿਰਜ਼ੇ ਜੱਟ ਦੀ ਸੱਖਣੀ ਬੱਕੀ ਵੇਖ ਕੇ ਉਡੀਕਾ ਕਰਦੀ ਭੈਣ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਜਾਂਦੀ ਹੈ ਜ਼ਰਾ ਗੌਰ ਨਾਲ ਸੁਣਨਾ ਹੈ।